ਜਿਹੜਾ ਰੇਟ ਤੇ ਵੀ ਉੱਤੇ ਟੱਪ ਗਿਆ ਰੇਟ 560 ਰੁਪਏ ਵਾਲੀ ਚੀਜ਼ 960 ਰੁਪਏ ਹੋ ਗਈ ਡਬਲ ਤਾਂ ਸਮਝੋ ਥੋੜ੍ਹੀ ਘੱਟ ਇਹਦੇ ਪੱਲੇ ਕੀ ਲੋਕਾਂ ਦੇ ਪੱਲੇ ਕੁਛ ਵੀ ਨਹੀਂ ਪੈਣ ਡਿਆ ਇਹਦੇ ਨਾਲ ਦੁਕਾਨਦਾਰਾਂ ਦੀ ਵੀ ਸੇਲ ਘਟੇਗੀ ਦੁਕਾਨਦਾਰਾਂ ਦੀ ਸੇਲ ਘਟੇਗੀ ਸਾਡੇ ਲੋਕਾਂ ਦੇ ਕਾਰੋਬਾਰ ਘੱਟ ਜਾਣਗੇ ਅੱਗੋਂ ਤੁਹਾਨੂੰ ਅੱਧਾ ਕਿਲੋ ਦੀ ਲੋੜ ਹੈ ਅਸੀਂ ਬਾਈ ਕਢਾਂਗੇ ਪਹਿਲਾਂ ਕਿਲੋ ਕੱਢਦੇ ਸੀ ਫਿਰ ਮਹਿੰਗੀ ਹੋ ਗਈ ਫਿਰ ਅੱਧਾ ਕਿਲੋ ਕੱਢਦੇ ਰਹੇ ਹੁਣ ਪਾ ਕੱਢਦੇ ਹਾਂ ਸਰਕਾਰ ਲੋਕਾਂ ਨੂੰ ਰਾਹ ਦੇਵੇ ਆਪਣੇ ਟੈਕਸ ਘੱਟ ਕਰੇ ਬਸ ਉਹਦੇ ਤੋਂ ਬਗੈਰ ਹੋਰ ਰਾਹ ਹੀ ਨਹੀਂ ਹੈਗਾ ਫਿਰ ਜਿਹੜੀਆਂ ਬਾਰਡਰਾਂ 'ਤੇ ਡਿਊਟੀਆਂ ਲਾਉਂਦੇ ਨੇ ਡਿਊਟੀਆਂ ਘਟਾਉਣ ਅਤੇ ਆਪੇ ਰੇਟ ਘੱਟ ਜਾਂਦੇ ਆ ਇਸ ਤਰ੍ਹਾਂ ਕਿ ਡਰਾਈ ਫਰੂਟ ਦਾ ਹੈ ਕਿ ਇਸ ਟਾਈਮ ਜਿਹੜੀ ਪੁਰਾਣੀ ਕਰੋਪ ਹੈ ਉਹ ਲਗਭਗ 99% ਖਤਮ ਹੋ ਚੁੱਕੀ ਹੈ ਔਰ ਜਿਹੜੀ ਨਵੀਂ ਕਰੋਪ ਹੈ ਅਫਗਾਨਿਸਤਾਨ ਦੀ ਪੂਰੀ ਤਿਆਰ ਹੈ ਲੇਕਿਨ ਤੁਸੀਂ ਆਪ ਦੇਖ ਰਹੇ ਹੋ ਟੀ ਵੀ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਹਾਲਾਤ ਹੈ ਅਫਗਾਨਿਸਤਾਨ ਦੇ ਬੜੇ ਕ੍ਰਿਟੀਕਲ ਹਾਲਾਤ ਹੈ ਔਰ ਦੋਨੇ ਪਾਸੇ ਜਿਹੜਾ ਵੀ ਹੈ ਟੈਨਸ਼ਨ ਹੈ ਜਿਹੜੇ ਇੰਪੋਰਟਰ ਹੈ ਉਹ ਵੀ ਮੰਗਵਾਉਣ ਵਾਸਤੇ ਪੈਨਿਕ 'ਚ ਹੈ ਜਿਹੜੇ ਭੇਜਣ ਵਾਲੇ ਆ ਉਹਨਾਂ ਦਾ ਵੀ ਜਿਹੜਾ ਭੇਜਣਾ ਪੈਨਿਕ ਕੀਤੀ ਜਿੰਨੀ ਦੇਰ ਤੱਕ ਇੰਡੀਆ 'ਚ ਮਾਲ ਨਹੀਂ ਆ ਰਿਹਾ ਕੁਛ ਸਾਡੀ ਕਮਿਟਮੈਂਟਸ ਹੁੰਦੀਆਂ ਵਪਾਰ ਦੀਆਂ ਜਿਹੜੀਆਂ ਕਿ ਦੋਨੇ ਪਾਸੇ ਪੂਰੀਆਂ ਹੋਣੀਆਂ ਚਾਹੀਦੀਆਂ ਜਿਹੜਾ ਲੋਕਾਂ ਕੋਲ ਅਸੀਂ ਮਾਲ ਮੰਗਵਾਉਂਦੇ ਹਾਂ ਉਹਨਾਂ ਦੀ ਕਮਿਟਮੈਂਟਸ ਪਹਿਲੇ ਕਰਨੀਆਂ ਪੈਂਦੀਆਂ ਉਸ ਤੋਂ ਬਾਅਦ ਉਹ ਮਾਲ ਉੱਤੋਂ ਰਵਾਨਾ ਹੁੰਦਾ ਔਰ ਉਸ ਤੋਂ ਬਾਅਦ ਪੇਮੈਂਟ ਹੁੰਦੀ ਹੈ ਲੇਕਿਨ ਹਾਲਾਤ ਇਸ ਤਰ੍ਹਾਂ ਦੇ ਹੈ ਕਿ ਜਿੰਨੀ ਦੇਰ ਤੱਕ ਮਾਲ ਸਾਡੇ ਕੋਲ ਨਹੀਂ ਆਉਂਦਾ ਉਨੀ ਦੇਰ 'ਚ ਵੀ ਅਸੀਂ ਪੈਨਿਕ 'ਚ ਹਾਂ ਔਰ ਉਹ ਜਿਹੜੇ ਭੇਜਣ ਵਾਲੇ ਉਹ ਵੀ ਪੈਨਿਕ 'ਚ ਹੈ ਲਗਭਗ ਜਿਹੜੀ ਟ੍ਰੇਡ ਹੈ ਇਸ ਵੇਲੇ ਪੈਨਿਕ 'ਚ ਹੈ ਜਿਹੜਾ ਡਰਾਈ ਫਰੂਟ ਦਾ ਮਤਲਬ ਹੀ ਅਫਗਾਨਿਸਤਾਨ ਆ ਅਸਲ ਦੇ ਵਿੱਚ ਜਿਹੜਾ ਡਰਾਈ ਫਰੂਟ ਹੈ ਉਹ 99% ਅਫਗਾਨਿਸਤਾਨ ਦਾ ਹੀ ਲੋਕ ਖਾਂਦੇ ਆ ਔਰ 99% ਅਫਗਾਨਿਸਤਾਨ ਦਾ ਹੀ ਆਉਂਦਾ ਸਿਰਫ ਕੁਛ ਚੰਦ ਆਈਟਮਾਂ ਛੱਡ ਕੇ ਅਮੈਰੀਕਨ ਗਿਰੀ ਜਾਂ ਅਮੈਰੀਕਨ ਦੀ ਇੱਕ ਦੋ ਆਈਟਮਾਂ ਹੋਰ ਹੋਣਗੀਆਂ ਬਾਕੀ ਜਿਹੜਾ ਡਰਾਈ ਫਰੂਟ ਦਾ ਮਤਲਬ ਅਫਗਾਨਿਸਤਾਨ ਹੀ ਹੈ ਅਫਗਾਨਿਸਤਾਨ ਹੀ ਡਰਾਈ ਫਰੂਟ ਦਾ ਜ਼ਖੀਰਾ ਵਾ ਇਹ ਟਾਈਮ ਆਉਣ ਤੋਂ ਪਹਿਲੇ ਵਾਲੀ ਗੱਲ ਹੈ ਕਿਉਂਕਿ ਅਜੇ ਟਾਈਮ ਦੱਸੇਗਾ ਅਗਰ ਟ੍ਰੇਡ ਜਿਹੜੀ ਉਹ ਸਮੂਥ ਚੱਲ ਪਈ ਜਿਸ ਤਰੀਕੇ ਨਾਲ ਕੋਸ਼ਿਸ਼ ਚੱਲ ਰਹੀ ਹੈ ਸਾਡੀ ਗੌਰਮੈਂਟ ਵੱਲੋਂ ਵੀ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਆ ਇੰਟਰਨੈਸ਼ਨਲ ਲੈਵਲ ਦੇ ਪ੍ਰਧਾਨ ਮੰਤਰੀ ਨਾ ਕਿ ਇੰਡੀਆ ਦੇ ਆ ਉਹ ਸੂਝਵਾਨ ਹੈ ਉਹਨਾਂ ਦੀ ਸਾਰੀ ਟੀਮ ਸੂਝਵਾਨ ਹੈ ਜਿਹੜਾ ਲੋਕਾਂ ਨੂੰ ਆਪਾਂ ਨੇ ਇਸ ਅਫਗਾਨਿਸਤਾਨ ਦੇ ਵਿੱਚ ਇਸ ਮੌਕੇ 'ਤੇ ਵੀ ਕੱਢਿਆ ਔਰ ਮੈਂ ਸਮਝਦਾ ਕਿ ਸਾਡੀ ਟ੍ਰੇਡ ਵਾਸਤੇ ਵੀ ਉਹ ਪੂਰੀ ਤਰ੍ਹਾਂ 'ਤੇ ਕੋਸ਼ਿਸ਼ ਕਰਦੇ ਹੋਣਗੇ ਕਿ ਜਿਹੜੇ ਅਫਗਾਨੀ ਟ੍ਰੇਡ ਦੇ ਜਿਹੜੇ ਬੰਦੇ ਆ ਉਹਨਾਂ ਦਾ ਵੀ ਜਿਹੜਾ ਗੁੜਸ ਹੈ ਉਹ ਸਾਡੇ ਕੋਲ ਸਹੀ ਸਲਾਮਤ ਪਹੁੰਚਣ ਜਿਸ ਤਰ੍ਹਾਂ ਸਪਲਾਈ ਵਧੀ ਜਾਏਗੀ ਉਸੇ ਹਿਸਾਬ ਨਾਲ ਅੱਗੋਂ ਜਿਹੜਾ ਮਾਲ ਜਿਹੜਾ ਉਹ ਰੇਟ ਜਿਹੜੇ ਆ ਉਹ ਸੈਟਲ ਹੁੰਦੇ ਜਾਣਗੇ ਸਰ ਤਿਉਹਾਰਾਂ ਦਾ